स्टेट न्यूज 71 में आप सभी का स्वागत है। 8 सितंबर 2024 सवेरे 9 बजे से 3 बजे तक करनाल की नई अनाज मंडी में पूरे हरियाणा का एक सिख सम्मेलन का आयोजन किया जा रहा है। हरियाणा सिख एकता दल की तरफ से आयोजित इस सिख सम्मेलन में संपूर्ण हरियाणा के सिख समाज को निमंत्रण दिया जा रहा है। इसी कड़ी में सढ़ौरा के बाबा बंदा सिंह बहादुर यादगार गुरुद्वारे में एक विशेष बैठक का आयोजन किया गया, जिसमें बाहर से सिख समाज के लोग उपस्थित हुए। उन्होंने सढ़ौरा एवं आसपास के इलाके के सिख समाज को इस सम्मेलन में उपस्थित होने बारे जो है प्रार्थना की। आइए सुनते हैं जी, आज के इस निमित्त आज का आयोजन किया गया, बैठक की गई आपकी। वाहेगुरु जी का खालसा, वाहेगुरु जी की फतेह। पूरे हरियाणा के सिखा वालों 8 सितंबर नूं करनाल नई अनाज मंडी च सिख सम्मेलन रखा गया है। जी जी जी, उस नूं लैके असीं पूरे हरियाणा च जा रहे हैं जी, प्रचार कर रहे हैं। अज असीं सढ़ौरे पहुंचे हाँ, इत्थों दी संगत दे नाल सिख सम्मेलन नूं लैके विचार वटांदरा होया, चर्चा होई, एक दूजे तों सारे सुझाव लए गए। अज उस सम्मेलन नूं मजबूत करन लई, उहदी कामयाबी लई असीं इत्थे आ के एक मीटिंग कीती है। इत्थों दी जिन्ने मौजूद लोग, ਜਿੰਨੇ ਇੱਥੋਂ ਦੀਆਂ ਗੁਰੂ ਘਰਾਂ ਦੀਆਂ ਕਮੇਟੀਆਂ ਦੇ ਮੈਂਬਰ ਸਾਰੇ ਲੋਕ ਪਹੁੰਚੇ ਨੇ, ਅਤੇ ਇਸ ਇਲਾਕੇ ਤੋਂ ਬਹੁਤ ਵੱਡੀ ਤਾਦਾਦ ਵਿੱਚ ਸਿੱਖ ਸੰਮੇਲਨ ਵਿੱਚ ਸੰਗਤ ਹਾਜ਼ਰੀ ਭਰੇਗੀ। ਉਸ ਨੂੰ ਲੈ ਕੇ ਵਿੱਚ ਆਇਆ ਸਾਂ, ਜਿੰਨੀਆਂ ਸਾਡੀਆਂ ਰਾਜਨੀਤਿਕ ਮੰਗਾਂ ਨੇ, ਸਾਡੇ ਧਾਰਮਿਕ ਪੰਥਕ ਮਸਲੇ ਨੇ, ਇਹਨਾਂ ਸਾਰਿਆਂ ਦੇ ਹੱਲ ਕਰਵਾਉਣ ਲਈ ਇਸ ਮੌਕੇ ਦੀਆਂ ਸਰਕਾਰਾਂ 'ਤੇ ਇੱਕ ਪ੍ਰੈਸ਼ਰ ਬਣਾਉਣ ਲਈ ਅਸੀਂ ਇਹ ਜਿਹੜਾ 8 ਸਤੰਬਰ ਦਾ ਇਕੱਠ ਰੱਖਿਆ ਹੈ, ਉਸ ਨੂੰ ਲੈ ਕੇ ਅਸੀਂ ਸਟੋਰੇਜ ਪਹੁੰਚੇ ਹਾਂ। ਇੱਥੋਂ ਦੀ ਸੰਗਤ ਨੂੰ ਅਪੀਲ ਕੀਤੀ ਹੈ, ਇਹੀ ਸਾਡਾ ਜਿੱਥੇ ਆਉਣ ਦਾ ਮਕਸਦ। ਤੋ ਸਾਰੇ ਰਾਜ ਸਤਰ ਕਾ ਹੈ ਇਹ ਆਪਣਾ ਕਾਰਜਕ੍ਰਮ? ਹਾਂ ਸਿੰਘ ਸਾਹਿਬ, ਬਤਾਏਂਗੇ ਆਪ? ਹਾਂ, ਇਹ ਜੋ ਹਮਾਰਾ ਪ੍ਰੋਗਰਾਮ ਹੈ 8 ਸਤੰਬਰ ਕਾ ਕਰਨਾਲ ਕੀ ਅਨਾਜ ਮੰਡੀ ਮੇਂ ਪ੍ਰੋਗਰਾਮ ਹੈ ਜੀ। ਪੂਰੇ ਹਰਿਆਣੇ ਸੇ ਸਿੱਖ ਵਹਾਂ ਪਰ ਪਹੁੰਚੇਂਗੇ, ਉਸਕੇ ਲੀਏ ਹਮ ਹਰਿਆਣੇ ਕੇ ਅੰਦਰ ਸਭੀ ਗਾਮੋਂ ਮੇਂ ਸਭੀ ਸ਼ਹਿਰੋਂ ਮੇਂ ਆਪਣੀ ਮੀਟਿੰਗੇ 20-22 ਮੀਟਿੰਗੇ ਕਰ ਚੁੱਕੇ ਹਾਂ, ਔਰ ਲਗਾਤਾਰ ਮੀਟਿੰਗੇ ਜਾਰੀ ਹੈ। ਉਸਮੇਂ ਸਾਰਾ ਸਿੱਖ ਜਗਤ ਵਹਾਂ ਪਰ ਇਕੱਠਾ ਹੋਗਾ, ਔਰ ਹਮਾਰੇ ਗੁਰੂ ਗ੍ਰੰਥ ਸਾਹਿਬ ਕੀ ਰਹਿਨੁਮਾਈ ਕੇ ਅੰਦਰ ਔਰ ਪੰਚੋਂ ਤਖਤੋਂ ਕੇ ਸਿੰਘ ਸਾਹਿਬਾਨ ਵਹਾਂ ਪਰ ਪਹੁੰਚੇਂਗੇ। ਹਰਿਆਣੇ ਕਾ ਸਿੱਖ ਸਭੀ ਜੋ ਅਲੱਗ ਅਲੱਗ ਸੰਗਠਨੋਂ ਸੇ, ਅਲੱਗ ਅਲੱਗ ਪਾਰਟੀਓਂ ਕਾ ਸਿੱਖ ਵਹਾਂ ਪਰ ਇਕੱਠਾ ਹੋਕਰ ਹਮ ਪੂਰੇ ਦੇਸ਼ ਕੋ, ਪੂਰੀ ਦੁਨੀਆ ਕੋ, ਇਸ ਦੇਸ਼ ਕੀ ਔਰ ਪ੍ਰਦੇਸ਼ ਕੀ ਸਰਕਾਰੋਂ ਕੋ ਬਤਾਏਂਗੇ ਕਿ ਹਮਾਰੇ ਜੋ ਕੌਮੀ ਮਸਲੇ ਹੈ ਉਨਕੋ ਜਲਦੀ ਸੇ ਜਲਦੀ ਉਨਕੇ ਸਮਾਧਾਨ ਕੀਆ ਜਾਏ। ਜੋ ਹਮਾਰੀ ਮੰਗੇ ਹੈ, ਜੋ ਹਰਿਆਣਾ ਦੁਆਰਾ ਪ੍ਰਬੰਧਕ ਕਮੇਟੀ ਹੈ ਉਸਕਾ ਇਲੈਕਸ਼ਨ ਕਰਾਇਆ ਜਾਏ, ਔਰ ਜੋ ਜਿਤਨੀ ਹਮਾਰੀ ਹਿੱਸੇਦਾਰੀ ਬਣਤੀ ਹੈ, ਚਾਹੇ ਵੋ ਆਪਣਾ ਨੌਕਰੀਓਂ ਕੇ ਤੌਰ ਪਰ ਹੈ, ਚਾਹੇ ਪੋਲੀਟੀਕਲ ਤੌਰ ਪਰ ਹੈ, ਵੋ ਹਮਾਰੀ ਮੰਗੇ ਪੂਰੀ ਜਾਏ। ਜੋ ਹਮਾਰੇ ਗੁਰੂ ਸਾਹਿਬਾਨ ਕੀ ਬੇਅਦਬੀ ਕੀ ਜਾਤੀ ਹੈ, ਜੋ ਹਮ ਗੁਰਬਾਣੀ ਕੇ ਅੰਗ ਪਾੜੇ ਜਾਤੇ ਹੈ, ਜੋ ਲੋਕ ਨਿਰੰਤਰ ਸ਼ਰਾਰਤੀ ਤਤਵ ਕਰ ਰਹੇ ਹੈ, ਉਨਕੇ ਖਿਲਾਫ਼ ਕੋਈ ਠੋਸ ਕਾਨੂੰਨ ਬਣਾਇਆ ਜਾਏ, ਤਾਂ ਕਿ ਕੋਈ ਹਿੰਮਤ ਨਾ ਕਰੇ ਦਵੈਸਾ ਐਸਾ ਕਰਨੇ ਕੀ। ਲੇਕਿਨ ਸਰਕਾਰਾਂ ਇਸ ਬਾਤ ਕੋ ਲੇਕਰ ਬਿਲਕੁਲ ਵੀ ਗੰਭੀਰ ਨਹੀਂ ਹੈ। ਐਸੇ ਹਮਾਰੇ ਮਸਲੇ ਹੈ, ਹਮਾਰੇ ਜੋ ਖਿਲਾਫ਼ ਕੋਈ ਟਿੱਪਣੀਆਂ ਕੀ ਜਾਤੀ ਹੈ, ਉਨਕੇ ਉੱਪਰ ਕੋਈ ਮਜ਼ਬੂਤੀ ਸੇ ਕਾਨੂੰਨ ਬਣਾਇਆ ਜਾਏ। ਇਨ ਸਭ ਆਪਣੇ ਪੰਥਕ ਮਸਲੋਂ ਕੇ ਲੀਏ ਸਭੀ ਜੋ ਸਿੱਖ ਰਾਜਨੀਤਿਕ ਦਲ ਹੈ, ਉਨਕੋ ਸਭੀ ਲੋਕੋਂ ਕੋ, ਸਮਾਜ ਸੇਵੀ ਸੰਸਥਾਓਂ ਕੋ, ਗੁਰੂ ਘਰੋਂ ਕੇ ਪ੍ਰਬੰਧੋਂ ਕੋ, ਜੋ ਗਾਮੋਂ ਮੇਂ ਵੀ ਆਪਣਾ ਸਿੰਘ ਸਭਾ ਗੁਰਦੁਆਰੇ ਹੈ, ਉਨ ਸਭ ਕਮੇਟੀਓਂ ਸੇ ਮਿਲਕਰ ਹਮ ਉਸ ਆਪਣੇ ਆਪਣੇ ਪ੍ਰੋਗਰਾਮ ਕੋ ਕਾਮਯਾਬ ਕਰਨੇ ਕੇ ਲੀਏ ਆਪਣੇ ਸਾਰੀ ਸਿੱਖ ਕੌਮ ਕੋ ਮਿਲ ਰਹੇ ਹੈ, ਔਰ ਭਾਰੀ ਇਸਮੇਂ ਸਾਥ ਹਮੇਂ ਮਿਲ ਰਹਾ ਹੈ। ਤੋ ਇਹ ਕਿਸੀ ਕੀ ਅਗਵਾਈ ਮੇਂ ਹੈ ਜਾਂ ਪੂਰਨ ਸਿੱਖ ਸੰਗਤ ਕੇ ਦੁਆਰਾ, ਸਿੱਖ ਸਮਾਜ ਕੇ ਦੁਆਰਾ ਹੈ? ਬਿਲਕੁਲ ਸਿੱਖ ਸਮਾਜ ਕੇ, ਜੋ ਹਮਾਰੇ ਕਾਰਸੇ ਵਾਲੇ ਮਹਾਂਪੁਰਸ਼ ਹੈ, ਉਹ ਲੰਗਰੋਂ ਕਾ ਪ੍ਰਬੰਧ ਕਰ ਰਹੇ ਹੈ, ਔਰ ਜਾਂ ਵਹਾਂ ਹਮਾਰੇ ਮੁੱਖ ਹੈ ਜੋ ਮਹਿਮਾਨ ਕੇ ਰੂਪ ਮੇਂ ਅਕਾਲ ਤਖਤ ਸਾਹਿਬ ਕੇ ਸਿੰਘ ਸਾਹਿਬਾਨ ਔਰ ਦਮਦਮਾ ਸਾਹਿਬ ਕੇ ਪੰਚੋਂ ਤਖਤੋਂ ਕੇ ਸਿੰਘ ਸਾਹਿਬਾਨ ਉਨਕੀ ਅਗਵਾਈ ਕੇ ਅੰਦਰ ਹੋਗਾ। ਚਲੀਏ, ਧੰਨਵਾਦ ਜੀ। ਚਲੀਏ, ਖੜੇ ਰਹੋ ਬਸ ਇੱਕ ਮਿੰਟ।
अब आज आपको यहाँ निमंत्रण देने के लिए बाहर से भी सज्जन पुरुष आए हुए हैं, तो क्या कुछ कहेंगे, तो क्या कुछ आपकी प्लानिंग है डिल्लो साहब के साथ मिलकर, लक्ष्मण जी अपने जो नुमाइंदे हैं, अपने प्रतिनिधि यहाँ के, तो क्या कुछ योजना आप लोग बनाएंगे? वाहेगुरु जी का खालसा, वाहेगुरु जी फतेह। जिस तरह की अज जो कि करनाल तो होर आस पास पिंडा तो जो जथेबंदियां पहुंची हैं, जिन्होंने कि सानू जो हरियाणा सिख सम्मेलन जो करनाल विखे 8 सितंबर नू अनाज मंडी विखे हो जा रहा है, उदा न्योता देन आई हैं, जिस दे जे कि नॉन पोलिटिकल एक सांझा प्लेटफॉर्म है जो कि सिखां दे हक्कां दी, पंथ दी चढ़दी कला दी, ते जो सिखां दी जो पुरानी जो मंगां हन उन्हां नूं पूर्ण करन लई ए जो कि संगठन जो बनाया गया है, जिस विच कि साढ़े सानूं जो कि किसी भी किसी तरीके नाल नकारिया ना जा सके, सांझा प्लेटफॉर्म जो कि पोलिटिकल सानूं जो सानूं हक चाहिदा है, ते नाल ही सानूं जो साढ़े बंदे हक हन ਉਹਨਾਂ ਦੇ ਲਈ ਅਜੇ ਪਲੇਟਫਾਰਮ ਬਣਾਇਆ ਗਿਆ ਹੈ, ਅਤੇ ਮੈਂ ਤਾਂ ਇਹਨਾਂ ਨੂੰ ਵਧਾਈ ਦਿਆਂਗਾ ਜਿਹਨਾਂ ਨੇ ਕਿ ਪਲੇਟਫਾਰਮ ਹਰਿਆਣਾ ਸਿੱਖ ਜੋ ਸਾਂਝਾ ਪਲੇਟਫਾਰਮ ਬਣਾਇਆ ਹੈ, ਬਈ ਪੰਥ ਦੀ ਚੜ੍ਹਦੀ ਕਲਾ ਵਾਸਤੇ ਜੋ ਇਹ ਬਣਿਆ ਹੈ, ਆਪਾਂ ਸਭ ਰਲ ਮਿਲ ਕੇ ਇਹਨਾਂ ਦੇ ਨਿਯੋਤੇ 'ਤੇ ਉੱਥੇ ਪਹੁੰਚਾਂਗੇ ਵੀ, ਅਤੇ ਸੰਗਤ ਨੂੰ ਨਾਲ ਲੈ ਕੇ ਜਾਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਚਲਿਏ ਜੀ, ਠੀਕ ਹੈ ਜੀ। ਸਿੱਖ ਸਮਾਜ ਕੀ ਇਸ ਬੈਠਕ ਮੇਂ ਸੜੋਰਾ ਸਹਿਤ ਆਸ ਪਾਸ ਕੇ सभी इलाकों से सिख समाज के लोग उपस्थित थे और सभी ने एक मत से ये निर्णय लिया कि वो इस सिख सम्मेलन में भारी संख्या में जो है शामिल होंगे। तो ये थी स्टेट न्यूज़ 71 की एक प्रस्तुति। धन्यवाद।